ਸਵਾਗਤ ਦੋਸਤੋ, ਮੈਂ ਤੁਹਾਡਾ ਮੇਜ਼ਬਾਨ ਮੀਆਂ ਮੁਹੰਮਦ ਅਫਜ਼ਲ ਬੱਟੂ ਅਤੇ ਅੱਜ ਮੈਂ ਆਪਣੇ ਕਿਸਾਨਾਂ ਨੂੰ ਬਹਾਰੀਆਂ ਮੱਕੀ ਦੇ ਬਾਰੇ ਪਹਿਲੇ ਵੀ ਇੱਕ ਦੋ ਵੀਡੀਓ ਅਪਲੋਡ ਕਰ ਚੁੱਕੇ ਹਾਂ ਅਤੇ ਹੁਣ ਖੇੜੀ ਦਾ ਮਰਹਲਾ ਆਇਆ ਜੇ ਜਨਾਬ, ਅਤੇ ਇਹ ਖੇੜੀਆਂ ਗੜ੍ਹ ਤਾਂ ਪੈਣ ਅਲਗਾਜ਼ੀ ਨਾਲ ਸਾਂ, ਅਤੇ ਤੁਸੀਂ ਚੈੱਕ ਕਰ ਸਕਦੇ ਜੇ ਜਨਾਬ, ਅਲਗਾਜ਼ੀ ਨਾਲ ਖੇੜੀਆਂ ਕੋਠਾ ਬਣਾਉਂਦੇ ਪਏ ਨੇ, ਚੌੜੀ ਖੇੜੀ ਬਣਾਉਂਦੇ ਪਏ, ਕਿਉਂਕਿ ਜਿਹੜਾ ਨਾ ਜਨਵਰੀ ਦੀ ਲਾਸਟ 'ਚ ਗਏ ਚੱਲੇ ਹੈ, ਅਤੇ ਜੇਕਰ ਜਨਵਰੀ ਦੀ ਪਹਿਲੀਆਂ ਤਰੀਕਾਂ ਹੁੰਦੀਆਂ ਕੋਈ 5, 7, 10, 15 ਅਤੇ ਫਿਰ ਇਹਨੂੰ ਸਿੰਗਲ ਖੇੜੀ ਕਰੀ ਹੈ। ਇਸ ਵਾਸਤੇ ਹੁਣ ਕੀਤਾ ਵੀ ਅੱਗੇ ਤੋਂ ਨਾ ਗਰਮੀ ਦਾ ਮੌਸਮ ਜ਼ਿਆਦਾ ਟੈਂਪਰੇਚਰ ਵਧੇਗਾ, ਇਸ ਵਾਸਤੇ ਨਾ ਇਹ ਕੋਠਾ ਜਿਹੜਾ ਚੌੜੀ ਖੇੜੀ ਜਿਹੜੀ ਅਸੀਂ ਬਣਾਉਣ ਲੱਗੇ ਜੀ, ਅਤੇ ਆਓ ਤੁਹਾਨੂੰ ਵਿਖਾਉਂਦੇ ਹਾਂ ਅਲਗਾਜ਼ੀ ਨਾਲ ਕਿਸ ਤਰੀਕੇ ਬਣ ਰਹੀ ਹੈ। ਦੋਸਤੋ, ਇਹ ਬੋਰੀ ਵਿੱਚ ਕੁਝ ਮਿੱਟੀ ਪਾਈ ਹੈ, ਉਹਲੀ ਸਾਈਡ ਜਿਹੜੀ ਨੇ ਥੋੜ੍ਹੀ ਲੱਗਦੀ ਸੀ, ਇਸ ਵਾਸਤੇ ਮਿੱਟੀ ਪਾ ਕੇ ਬਰਾਬਰ ਲੈਵਲ ਕੀਤਾ ਜੀ। ਦੋਸਤੋ, ਤੁਹਾਡੇ ਸਾਰੇ ਕਿਸਾਨਾਂ ਦੇ ਜਿਹੜੇ ਨੇ, ਖਾਸ ਕਰਕੇ ਡਰਾਈਵਰ ਹਜ਼ਰਾਤ, ਉਹਨਾਂ ਦੇ ਦਿਲ 'ਚ ਵਾਰ ਵਾਰ ਖਿਆਲ ਆਉਂਦਾ ਵੀ ਹੋਵੇਗਾ ਇਹ ਜਿਹੜੀ ਨੇ ਖੇੜੀ ਇਹ ਸੱਪ ਤਰ੍ਹਾਂ ਡਿੰਗੀ ਕਿਉਂ ਬਣੀ ਪਈ ਹੈ। ਇਹ ਜਨਾਬ ਦੂਸਰਾ ਬਾਬਰ ਇਕਬਾਲ ਸਾਹਿਬ ਨੇ, ਮੇਰੇ ਕਜ਼ਨ ਸਾਹਿਬ, ਇਹ ਨਿਊ ਟ੍ਰੇਨਰ ਹੈਗੇ ਨੇ, ਨਵੇਂ ਨਵੇਂ ਟ੍ਰੇਨ ਹੋਏ ਨੇ ਟਰੈਕਟਰ 'ਤੇ, ਇਸ ਵਾਸਤੇ ਨਾ ਇਹਨਾਂ ਤਾਂ ਫਿਰ ਸੱਪ ਤਰ੍ਹਾਂ ਖੇੜੀ ਗੱਡ ਬੈਠੇ ਹੈਗੇ ਨੇ, ਅਤੇ ਜਦੋਂ ਪਹਿਲੀ ਖੇੜੀ ਡਿੰਗੀ ਹੋ ਜਾਵੇ ਨਾ, ਫਿਰ ਸਾਰੀਆਂ ਹੀ ਡਿੰਗੀਆਂ ਨਿਕਲਦੀਆਂ ਜੀ। ਪਹਿਲੀ ਖੇੜੀ ਨੂੰ ਕਮ ਸੇ ਕਮ ਸਿੱਧਾ ਜਨਾਬ ਨਾਲ ਕੱਢਣਾ ਚਾਹੀਦਾ, ਜਾਂ ਤਾਂ ਵਰੀ ਰੱਖ ਲਓ, ਜਾਂ ਇੱਕ ਨਿਸ਼ਾਨ ਲਗਾ ਲਓ ਪੈਰ ਨਾਲ, ਜਾਂ ਰੱਸੀ ਨਾਲ, ਜਾਂ ਕਿਸੇ ਤਰੀਕੇ ਵੀ ਨਿਸ਼ਾਨ ਲਗਾ ਲਓ, ਜਾਂ ਅੰਦਾਜ਼ਾ ਲਾ ਲਓ, ਫਿਰ ਅਗਲੀ ਸਾਈਡ ਦੇ ਸਾਹਮਣੇ ਬੰਦਾ ਖੜ੍ਹਾ ਕਰ ਦਿਓ, ਅਤੇ ਡਰਾਈਵਰ ਸਿੱਧਾ ਉਸ ਨੂੰ ਵੇਖ ਕੇ ਅਤੇ ਟਰੈਕਟਰ ਸਿੱਧਾ ਹੀ ਜਾਵੇ, ਅਤੇ ਫਿਰ ਇਸ ਤਰੀਕੇ ਸੱਪ ਵਰਗੀ ਜਿਹੜੀ ਇਹਨੇ ਖੇੜੀ ਇਹ ਨਹੀਂ ਬਣੇਗੀ। ਅਤੇ ਇਸ ਤੋਂ ਬਾਈਜਾਨ ਤੁਸੀਂ ਜਿਤਨੇ ਵੀ ਡਰਾਈਵਰ ਹਜ਼ਰਾਤ ਨੂੰ ਜਿੰਨਾ ਮੱਕੀ ਦੀ ਕਾਸ਼ਤ ਕਰਨੀ ਹੈ, ਉਹ ਲਾਜ਼ਮੀ ਬਾਈਜਾਨ ਨਾ ਇਸ 'ਤੇ ਥੋੜ੍ਹੀ ਜਿਹੀ ਖਾਸ ਪਹੁੰਚਦੇ ਬਣ। ਦੋਸਤੋ, ਇਹ ਮੇਰਾ ਜਿਹੜਾ ਚਾਚੇ ਦਾ ਪੁੱਤਰ ਹੈ, ਕਜ਼ਨ ਬਾਬਰ ਇਕਬਾਲ ਬੱਟੂ, ਇਸ ਤੋਂ ਮੈਂ ਫਿਰ ਪੁੱਛਿਆ ਹੈ, ਕੈਮਰਾ ਬੰਦ ਕਰਕੇ ਬ੍ਰੇਕ ਲਗਾ ਤੇ, ਅਤੇ ਬਾਬਰ ਸਾਹਿਬ ਦਾ ਕਹਿਣਾ ਸੀ ਬਾਈਜਾਨ ਇਹ ਜਿਹੜਾ ਟਰੈਕਟਰ ਹੈ ਨਾ, ਉਹਦੇ ਸਟੀਅਰਿੰਗ ਦੇ ਵਿੱਚ ਨਾ ਪਲੇ ਬਹੁਤ ਜ਼ਿਆਦਾ ਹੈ ਅਤੇ ਉਹ ਕੰਟਰੋਲ ਨਹੀਂ ਹੁੰਦਾ ਪਿਆ, ਇਸ ਵਾਸਤੇ ਜਾਂ ਤਾਂ ਕਿਸੇ ਨਵੇਂ ਟਰੈਕਟਰ ਦਾ ਇੰਤਖਾਬ ਕਰੀਏ, ਅਤੇ ਜਾਂ ਫਿਰ ਇਸ ਦਾ ਥੋੜ੍ਹਾ ਜਿਹਾ ਕੰਮ ਕਰਵਾ ਕੇ ਨਾ ਕਿਸੇ ਵਰਕਸ਼ਾਪ ਤੋਂ, ਸਟੀਅਰਿੰਗ ਦੇ ਜਿਹੜੀ ਜ਼ਿਆਦਾ ਇਹਦੇ ਵਿੱਚ ਪਲੇ ਉਹ ਘੱਟ ਹੋਵੇ, ਤਾਂ ਫਿਰ ਜਿਹੜੀ ਹੈ ਮੈਂ ਵੀ ਸਿੱਧੀ ਖੇੜੀ ਕੱਢ ਸਕਦਾ ਹੈਗਾ। ਇਹਦਾ ਮਤਲਬ ਹੈ ਬਾਬਰ ਕਹਿੰਦਾ ਵੀ ਮੈਂ ਘੱਟ ਸਕਣਾ, ਹੋ ਸਕਦਾ ਹੈ ਮੈਂ ਵੀ ਬਾਬਰ ਨਾਲ ਤਾਈਦ ਕਰਨਾ ਵੀ ਹੋ ਸਕਦਾ ਉਹ ਵੀ ਘੱਟ ਲਵੇ। ਚਲੋ, ਮੈਂ ਬਾਬਰ ਤੋਂ ਮਾਜ਼ਰਤ ਚਾਹਨਾ ਵੀ ਬਾਬਰ ਖਾਨ ਦੀ ਮੈਂ ਥੋੜ੍ਹੀ ਜਿਹੀ ਨਾ ਕਹਿ ਬੈਠਾ ਵੀ ਬਾਬਰ ਨਵਾਂ ਟ੍ਰੇਨ ਹੈਗਾ, ਅਤੇ ਚਲੋ ਜੀ ਇੱਦਾਂ ਤੋਂ ਵੇਖਦੇ ਵੀ ਕਿਸ ਤਰੀਕੇ ਕੰਮ ਕਰਦਾ ਬਾਬਰ ਸਾਹਿਬ। ਜਦੋਂ ਸਕੂਟਰ ਖੋਲ ਰੱਖਿਆ, ਸਕੂਟਰ ਨਾਲ ਟੰਗ ਗਿਆ ਪੁੱਤਰ, ਹਾਂ।
ਬਿਲਕੁਲ। ਦੋਸਤੋ ਹੁਣ ਮੈਂ ਤੁਹਾਡੇ ਦੀ ਇਜਾਜ਼ਤ ਚਾਹੁੰਦਾ, ਤੁਹਾਡਾ ਮੇਜ਼ਬਾਨ ਮੀਆਂ ਮੁਹੰਮਦ ਅਫਜ਼ਲ ਬੱਟੂ। ਅੱਲਾ ਹਾਫਿਜ਼। ਪਾਕਿਸਤਾਨ ਜ਼ਿੰਦਾਬਾਦ।